ਸਲਾਮ ਅਲੈਕੁਮ। ਇਹ ਤਾਂ ਗੱਲ ਹੋਈ ਨਾ, ਇਹ ਮੇਰਾ ਮਤਲਬ ਆਪਾਂ ਆਜ਼ਾਦ ਹੈ, ਅਜੇ ਬੀਜੇਪੀ ਆਰ ਐਸ ਐਸ ਦੇ ਥੱਲੇ ਤਾਂ ਨਹੀਂ ਲੱਗੇ ਹੈਗੇ। ਸੋ ਅੱਜ ਮੈਂ ਆਪ ਜੀ ਦੇ ਪਾਸ ਆਇਆ ਕਿ ਜਿਹੜੇ ਇਲੈਕਸ਼ਨ ਇਸ ਵਾਰੀ ਹੋ ਰਹੇ ਹੈ, ਇਹਨਾਂ ਇਲੈਕਸ਼ਨਾਂ ਨੇ ਇੰਡੀਆ ਦੀ ਤਕਦੀਰ ਬਦਲ ਦੇਣੀ ਹੈ। ਜੇ ਮੋਦੀ ਅਤੇ ਬੀਜੇਪੀ ਅਤੇ ਆਰ ਐਸ ਐਸ ਇੱਕ ਵਾਰੀ ਫਿਰ ਜਿੱਤ ਜਾਣ। ਦੂਜੀ ਚੀਜ਼ ਹੈ, ਜੇ ਆਪਾਂ ਕਾਂਗਰਸ ਪਾਰਟੀ ਨੂੰ ਕਹੀਏ ਕਿ ਉਹ ਸਾਡੀ ਹੈ, ਮੇਰੇ ਮੁਤਾਬਕ ਉਹ ਸਾਡੀ ਨਹੀਂ ਹੈ, ਕਿਉਂ ਕਰਕੇ ਬਬਰੀ ਮਸਜਿਦ ਖੋਲ੍ਹਣ ਦੇ ਲਈ ਰਾਜੀਵ ਗਾਂਧੀ ਨੇ ਚਾਬੀਆਂ ਦਿੱਤੀਆਂ ਸੀ ਅਤੇ 1992 ਦੇ ਵਿੱਚ ਜਦੋਂ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ, ਹਿੰਦੁਸਤਾਨ ਦਾ ਵਜ਼ੀਰ ਆਜ਼ਮ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ ਕਾਂਗਰਸ ਪਾਰਟੀ ਤੋਂ। ਉਹ ਬੀਜੇਪੀ ਅਤੇ ਐਲ ਕੇ ਅਡਵਾਨੀ ਅਤੇ ਇਹੋ ਜਿਹੇ ਬਦਮਾਸ਼ਾਂ ਨੂੰ ਰੋਕ ਸਕਦਾ ਸੀ ਕਿ ਬਬਰੀ ਮਸਜਿਦ ਨੂੰ ਨਹੀਂ ਸ਼ਹੀਦ ਕਰਨਾ, ਪਰ ਨਰਸਿਮਹਾ ਰਾਓ ਨੇ ਇਹੋ ਜਿਹੀ ਗੱਲ ਨਹੀਂ ਕੀਤੀ। ਸੋ ਮੈਂ ਸ਼ੁਰੂ ਕਰਦਾ ਕਿ ਜਦੋਂ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ, ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਨਰਸਿਮਹਾ ਰਾਓ ਸੀ। ਜੇ ਕਾਂਗਰਸ ਪਾਰਟੀ ਅਤੇ ਨਰਸਿਮਹਾ ਰਾਓ ਚਾਹੁੰਦੇ ਕਿ ਬੀਜੇਪੀ ਅਤੇ ਆਰ ਐਸ ਐਸ ਐਲ ਕੇ ਅਡਵਾਨੀ ਬਬਰੀ ਮਸਜਿਦ ਨੂੰ ਨਾ ਸ਼ਹੀਦ ਕਰਦੇ, ਤਾਂ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਰ ਸਕਦਾ ਸੀ। ਪਰ ਜਦੋਂ ਰਾਜੀਵ ਗਾਂਧੀ ਨੇ, ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਬੀਆਂ ਦੇ ਦਿੱਤੀਆਂ ਸੀ ਕਿ ਬਬਰੀ ਮਸਜਿਦ ਨੂੰ ਖੋਲ੍ਹ ਦਿਓ, ਫਿਰ ਨਰਸਿਮਹਾ ਰਾਓ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਉਲਟ ਜਾ ਸਕਦਾ ਸੀ। ਅੱਜ ਪ੍ਰੋਪਾਗੈਂਡਾ ਹੋ ਰਿਹਾ ਕਿ ਬੀਜੇਪੀ ਆਰ ਐਸ ਐਸ ਰੋਕਣ ਦੇ ਲਈ ਕਾਂਗਰਸ ਨੂੰ ਵੋਟ ਪਾਓ। ਕਿਹੜੇ ਮੂੰਹ ਦੇ ਨਾਲ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ, ਜਿਹੜੀ ਸਾਜਿਸ਼ ਦੇ ਵਿੱਚ ਸੀਗੀ, ਜਿਹੜੀ ਬਬਰੀ ਮਸਜਿਦ ਦੀ ਸ਼ਹਾਦਤ ਨੂੰ ਰੋਕ ਸਕਦੀ ਸੀ ਪਰ ਉਸ ਨੇ ਨਹੀਂ ਰੋਕਿਆ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਘੱਟ ਗਿਣਤੀਆਂ ਦੇ ਲਈ ਬੋਲਦੀ ਹੈ, ਕਰਦੀ ਹੈ, ਐਕਸ਼ਨ ਕਰਦੀ ਹੈ। ਅਸੀਂ ਬਬਰੀ ਮਸਜਿਦ ਦੇ ਲਈ ਯੂਪੀ ਜਾ ਕੇ ਗ੍ਰਿਫਤਾਰ ਹੋਏ, ਬਹੁਤ ਸਾਡੇ 'ਤੇ ਜ਼ੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ, ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰਟੀ ਅਤੇ ਹਿੰਦੁਤਵਾ ਬੀਜੇਪੀ ਨੇ ਰਲ ਕੇ ਸਾਡੇ ਦਰਬਾਰ ਸਾਹਿਬ ਨੂੰ ਢਾਇਆ। 1984 ਦੇ ਵਿੱਚ ਸ਼ਹੀਦ ਕੀਤੇ ਅਕਾਲ ਤਖ਼ਤ ਸਾਹਿਬ ਸਾਡੇ ਲੀਡਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਫਿਰ ਮੇਰਾ ਮਤਲਬ ਹੈ
ਅਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਹਾਂ? ਇਹ ਸਮਝਦੇ ਹੈ ਕਿ ਜੇ ਹਿੰਦੁਸਤਾਨ ਦੇ ਵਿੱਚ ਬਹੁਤ ਗਿਣਤੀ ਹਿੰਦੂਆਂ ਦੀ ਹੈ, ਫਿਰ ਨਾ ਕਾਂਗਰਸ ਨਾ ਬੀਜੇਪੀ ਆਰਐਸਐਸ ਸਾਡੀ ਘੱਟ ਗਿਣਤੀਆਂ ਦੇ ਲਈ ਖੜ ਸਕਦੇ ਹੈ। ਕਿਉਂ ਕਰਕੇ ਹਕੂਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਬਹੁਤ ਗਿਣਤੀ ਹਿੰਦੂ ਦੀ ਲੋੜ ਹੈ। ਅੱਜ ਪ੍ਰਾਈਮ ਮਿਨਿਸਟਰ ਮੋਦੀ ਕੀ ਪ੍ਰੋਪਗੈਂਡਾ ਕਰਦਾ ਕਰ ਰਿਹਾ ਹੈ ਕਿ ਅਸੀਂ ਰਾਮ ਮੰਦਿਰ ਦੀ ਉਸਾਰੀ ਕਰ ਦਿੱਤੀ ਹੈ ਅਤੇ ਸਾਰੇ ਹਿੰਦੂ ਸਾਨੂੰ ਵੋਟਾਂ ਪਾਉਣ, ਇਹ ਕਾਨੂੰਨ ਦੇ ਖਿਲਾਫ ਹੈ ਔਰ ਸੰਵਿਧਾਨ ਦੇ ਖਿਲਾਫ ਹੈ। ਕਿਉਂ ਕਰਕੇ ਇਹ ਮੁਲਕ ਅਜੇ ਤੱਕ ਧਰਮ ਨਿਰਪੱਖ ਮੁਲਕ ਹੈ। ਅਸੀਂ ਧਰਮ ਦੇ ਨਾਂ ਦੇ ਉੱਤੇ ਵੋਟ ਨਹੀਂ ਮੰਗ ਸਕਦੇ, ਪਰ ਇਹ ਲੋਕ ਇਹ ਸਮਝਦੇ ਹੈ ਕਿ ਸਾਡਾ ਮੁਲਕ ਹੈ। ਇਹਨਾਂ ਦਾ ਮੈਨੀਫੈਸਟੋ ਕਹਿੰਦਾ ਕਿ ਜੇ ਬੀਜੇਪੀ ਆਰਐਸਐਸ ਜਿੱਤ ਗਈ, ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾਂ ਇੰਡੀਆ ਪਾ ਦੇ, ਭਾਰਤ ਪਾ ਦੇਣਾ, ਅਤੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ, ਇਸਾਈ, ਸਿੱਖ, ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ। ਇਹੋ ਜਿਹੀ ਚੀਜ਼ ਨੂੰ ਜੇ ਆਪਾਂ ਸਹਿ ਜਾਵਾਂਗੇ ਤਾਂ ਮੇਰਾ ਮਤਲਬ ਹੈ ਹੁਣ ਵੋਟਾਂ ਦਾ ਟਾਈਮ ਹੈ, ਇਹ ਜੰਗ ਦਾ ਟਾਈਮ ਹੈ। ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ, ਪਰ ਅੱਜ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਸਿਰਫ ਬਟਨ ਨੱਪਣਾ, ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ, ਇੱਕ ਬਾਲਟੀ ਹੈ। ਜਿਵੇਂ ਪਹਿਲਾਂ ਬਾਲਟੀ ਸੀਗੀ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤਕੀ ਵਾਰੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ। ਜੇ ਲੋਕਾਂ ਨੇ ਵਾਅਦੇ ਕੀਤੇ ਹੈ ਮੋਦੀ ਨੇ ਕਿ ਘਰ ਘਰ ਮੈਂ ਨੌਕਰੀ ਦੇਣੀ ਹੈ, ਮੈਂ ਮਲੇਰਕੋਟਲੇ ਦੇ ਪਿੰਡਾਂ 'ਚ ਗਿਆ, ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਵੀ ਮੁਸਲਮਾਨ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈ। ਇਹ ਕੀ ਵਜ੍ਹਾ ਹੈ? ਜੇ ਦੇਸ਼ ਧਰਮ ਨਿਰਪੱਖ ਹੈ ਤਾਂ ਫਿਰ ਸੈਂਟਰ ਦੀ, ਪੰਜਾਬ ਦੀ ਗੌਰਮੈਂਟ ਦੀ ਡਿਊਟੀ ਬਣਦੀ ਹੈ ਕਿ ਮੁਸਲਮਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ। ਪਰ ਕਿਉਂ ਕਰਕੇ ਅੱਜ ਹਨੇਰੀ ਵਗੀ ਹੋਈ ਹੈ ਹਿੰਦੁੱਤਵਾਂ ਦੀ, ਇਸ ਕਰਕੇ ਘੱਟ ਗਿਣਤੀ ਨੂੰ ਕੋਈ ਪਛਾਣ ਨਹੀਂ ਰਿਹਾ। ਇਹ ਮੋਦੀ ਦੀ ਹਿੰਮਤ ਪਈ ਹੈ, ਇਹਨੇ ਬਿਆਨ ਦੇ ਦਿੱਤਾ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ, ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ, ਬੇਸ਼ੱਕ ਉਹ ਬਾਹਰਲੇ ਮੁਲਕ ਦੇ ਵਿੱਚ ਹੋਵੇ, ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਉਸ ਨੂੰ ਗੋਲੀ ਨਾਲ ਮਾਰ ਦੇਣਗੀਆਂ। ਇਸ ਪਾਲਿਸੀ ਦੇ ਅਧੀਨ ਆਪਣੇ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ, ਰਿਪੂ ਦਮਨ ਸਿੰਘ
ਮਲਿਕ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ, ਸੁਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ, ਬਰਤਾਨੀਆ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ, ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਪਰਮਜੀਤ ਸਿੰਘ ਪੰਜਵੜ ਮਾਰਤਾ, ਲਖਬੀਰ ਸਿੰਘ ਰੋਡੇ ਮਾਰਤਾ, ਹਰਿਆਣੇ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੂ ਐਕਸੀਡੈਂਟ ਦਿਖਾ ਕੇ ਮਾਰ ਦਿੱਤਾ ਗਿਆ, ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰ ਦਿੱਤਾ ਗਿਆ। ਮੇਰਾ ਮਤਲਬ ਹੈ ਕਿ ਇਹ ਪ੍ਰਾਈਮ ਮਿਨਿਸਟਰ ਨੇ ਕਹਿਤਾ ਕਿ ਅਸਲ ਕੀਤੇ ਹੈ ਕਤਲ, ਤੁਹਾਨੂੰ ਪਤਾ ਕਤਲ ਕਰਨਾ ਇੱਕ ਜੁਰਮ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਜੇ ਤੁਸੀਂ ਕਤਲ ਕਰੋਗੇ ਤੁਹਾਡੇ ਉੱਤੇ 302 ਦਫਾ ਲੱਗੂਗੀ, ਇਹ ਬਿਲਕੁਲ ਤੁਸੀਂ ਯਕੀਨ ਰੱਖੋ ਸਾਡੇ 'ਤੇ ਕਿ ਜੇ ਅਸੀਂ ਰਹੇ ਜਿਉਂਦੇ ਅਤੇ ਜੇ ਅਸੀਂ ਗਏ ਜਿੱਥੇ ਅਤੇ ਇਸ ਨੂੰ ਹੱਥ ਖੜੀਆਂ ਲਗਵਾ ਕੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰ ਕੇ ਇਨਸਾਫ ਕੀਤਾ ਕਿ ਅਸੀਂ ਮਾਰੇ ਹੈ। ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨਾ ਸੀ, ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ, ਉਹਨਾਂ ਨੇ ਪਤਾ ਕਰ ਲਿਆ ਕਿਹੜੇ ਕਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਮਾਰਨਾ ਸੀਗਾ। ਇੱਕ ਤਾਂ ਇੱਥੋਂ ਦਾ ਗ੍ਰਹਿ ਵਜ਼ੀਰ ਹੈ ਅਮਿਤ ਸ਼ਾਹ, ਇੱਥੋਂ ਦਾ ਇਹ ਵਿਦੇਸ਼ੀ ਮਾਮਲਿਆਂ ਦਾ ਵਜ਼ੀਰ ਜੈ ਸ਼ੰਕਰ, ਇੱਥੋਂ ਦਾ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਲ, ਇਹ ਸਾਰਿਆਂ ਨੇ ਰੋ ਦੇ ਡਾਇਰੈਕਟਰ ਨੇ ਸਮਿਤ ਗੋਇਲ ਜਿਹੜਾ ਪਹਿਲਾਂ ਡਾਇਰੈਕਟਰ ਹੈ, ਇਹ ਸਾਰੇ ਅਮਰੀਕਾ ਦੇ ਹੱਥ ਦੇ ਵਿੱਚ ਆ ਗਏ ਹੈ। ਅਤੇ ਜੇ ਅਸੀਂ 13 ਸੀਟਾਂ 'ਤੇ ਹੁਣ ਪੰਜਾਬ ਦੇ ਵਿੱਚ ਲੜ ਰਹੇ ਹਾਂ, ਜੇ ਤੁਸੀਂ ਸਾਰੇ ਇੱਕ ਹੋ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜੋਗੇ ਅਤੇ ਹਰੇਕ ਘੱਟ ਗਿਣਤੀ ਦਾ ਦੁੱਖ ਉੱਥੇ ਬੋਲਿਆ ਜਾਊਗਾ। ਅੱਜ ਛੱਤੀਸਗੜ੍ਹ ਦੇ ਵਿੱਚ ਜਿਹੜੇ ਈਸਾਈ ਹੈ ਉਹ ਹੈਗੇ ਹੈ ਟ੍ਰਾਈਬਲਸ, ਉਹ ਹੈਗੇ ਹੈ ਇਹਨਾਂ ਨੂੰ ਕੀ ਕਹੀਦਾ ਹੈ ਆਦਿਵਾਸੀ, ਉਹਨਾਂ ਨੂੰ ਮਾਰਿਆ ਜਾ ਰਿਹਾ। ਮਣੀਪੁਰ ਦੇ ਵਿੱਚ ਈਸਾਈਆਂ ਨੂੰ ਮਾਰਿਆ ਜਾ ਰਿਹਾ, ਸਾਰੇ ਪਾਸੇ ਕਸ਼ਮੀਰ ਦੇ ਵਿੱਚ ਇਹੋ ਜਿਹੇ ਜਾਬਰ ਕਾਨੂੰਨ ਲਗਾਏ ਹੈ ਐਫਸਪਾ, ਜਿਹਦੇ ਹੇਠ ਫੌਜ ਕਿਸੇ ਨੂੰ ਵੀ ਗੋਲੀ ਮਾਰ ਸਕਦੀ ਹੈ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀ ਹੈ, ਕਿਸੇ ਨੂੰ ਫੜ ਕੇ ਗੈਬ ਕਰ ਸਕਦੀ ਹੈ। ਸੁਪਰੀਮ ਕੋਰਟ ਦੇ ਨੀਚੇ ਸੰਵਿਧਾਨ ਹੈ, ਸੁਪਰੀਮ ਕੋਰਟ ਵੀ ਤੁਹਾਨੂੰ ਪਤਾ ਹੈ ਚੁੱਪ ਕੀਤੀ ਬੈਠੀ ਹੈ। ਜਦੋਂ ਬਬਰੀ ਮਸਜਿਦ ਦਾ ਫੈਸਲਾ ਹੋਣਾ ਸੀ, ਗੋਗੋਈ ਚੀਫ ਜਸਟਿਸ ਸੁਪਰੀਮ ਕੋਰਟ ਦਾ ਸੀ, ਤੁਹਾਨੂੰ ਸ਼ਾਇਦ ਪਤਾ ਨਹੀਂ, ਉਸਨੇ ਛੇੜਖਾਨੀ ਇੱਕ ਬੀਬੀ ਦੇ ਨਾਲ ਕਰਤੀ ਸੀ। ਉਹ ਬੀਬੀ ਪੁਲਿਸ ਦੇ ਕੋਲ ਗਈ, ਪੁਲਿਸ ਕਹਿੰਦੀ ਅਸੀਂ ਚੀਫ ਜਸਟਿਸ ਦੇ ਖਿਲਾਫ ਦਰਜ ਨਹੀਂ ਕਰ ਸਕਦੇ, ਪਰ ਫਿਰ ਰੌਲਾ ਇੰਨਾ ਪੈ ਗਿਆ, ਸੁਪਰੀਮ ਕੋਰਟ ਨੇ ਆਪਣੀ ਕਮੇਟੀ ਬਣਾਈ,
ਕਿ ਅਸੀਂ ਪਤਾ ਕਰਾਂਗੇ ਜਿਹੜੀ ਬੀਬੀ ਦੇ ਉੱਤੇ ਜ਼ੁਲਮ ਹੋਇਆ ਹੋਇਆ ਸੀ ਉਹ ਸੁਪਰੀਮ ਕੋਰਟ ਦੀ ਕਮੇਟੀ ਦੇ ਕੋਲ ਗਈ। ਉਹ ਕਹਿੰਦੀ ਮੇਰੀ ਪੱਤ ਲਾਈ ਹੈ ਚੀਫ ਜਸਟਿਸ ਨੇ, ਮੇਰਾ ਵਕੀਲ ਤੁਸੀਂ ਇੱਥੇ ਹਾਜ਼ਰ ਕਰੋ, ਕਾਨੂੰਨ ਦੇ ਮੁਤਾਬਕ ਜਿਹੜਾ ਵੀ ਆਦਮੀ ਜਾਂ ਬੀਬੀ ਇਨਸਾਫ ਮੰਗੇ ਉਹਦੇ ਮੁਤਾਬਕ ਵਕੀਲ ਉੱਥੇ ਹੋਣਾ ਚਾਹੀਦਾ। ਪਰ ਸੁਪਰੀਮ ਕੋਰਟ ਦੀ ਕਮੇਟੀ ਨੇ ਕਹਿਤਾ ਕਿ ਨਹੀਂ, ਤੇਰਾ ਵਕੀਲ ਨਹੀਂ ਆਊਗਾ। ਫਿਰ ਸੁਪਰੀਮ ਕੋਰਟ ਨੇ ਫੈਸਲਾ ਕਰਤਿਆ ਕਿ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਹੈ ਉਹ ਬਣੂਗਾ। ਉਸ ਤੋਂ ਬਾਅਦ ਗੋਗੋਈ ਨੂੰ ਰਾਜਿਆ ਸਭਾ ਦੀ ਸੀਟ 6 ਸਾਲ ਦੇ ਲਈ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ। ਇੱਥੇ ਤੁਸੀਂ ਸੁਣਦੇ ਹੋ, ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਜਿੱਥੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਪਰ ਇਨਸਾਫ ਨਹੀਂ ਦਿੱਤਾ। ਬਬਰੀ ਮਸਜਿਦ ਨੂੰ ਸ਼ਹੀਦ ਹੋਈ ਨੂੰ ਉਹਦੇ ਉੱਤੇ ਰਾਮ ਮੰਦਰ ਬਣਾ ਕੇ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਅਤੇ ਚੀਫ ਜਸਟਿਸ ਨੇ ਵੱਡੀ ਛਕੀ, ਉਹ ਰਾਜਿਆ ਸਭਾ ਦਾ ਮੈਂਬਰ ਅੱਜ ਹੈਗਾ। ਜੇ ਤੁਸੀਂ ਮੈਨੂੰ ਦਿੱਲੀ ਭੇਜੋਗੇ ਮੈਂ ਉਸ ਗੋਗੋਈ ਨੂੰ ਮਿਲੂੰਗਾ, ਤੁਹਾਨੂੰ ਪੁੱਛੂੰਗਾ ਕਿ ਤੂੰ ਰਿਸ਼ਵਤ ਖਾ ਕੇ ਤੂੰ ਇਹ ਫੈਸਲਾ ਕੀਤਾ। ਸੋ ਸਾਧ ਸੰਗਤ ਜੀ, ਇਹ ਗੱਲਾਂ ਛੋਟੀਆਂ ਮੋਟੀਆਂ ਨਹੀਂ ਹੈ, ਇਹ ਬਹੁਤ ਵੱਡੀਆਂ ਗੱਲਾਂ ਇਸ ਬੀਜੇਪੀ ਨੇ ਕਰ ਦਿੱਤੀਆਂ ਹੈਗੀਆਂ। ਇੱਥੇ ਇੱਕ ਮੈਡੀਕਲ ਕਾਲਜ ਬਣਨਾ, ਪਰ ਇਹਦੀ ਇਜਾਜ਼ਤ ਆਮ ਪਾਰਟੀ ਨਹੀਂ ਦੇ ਰਹੀ। ਅਸੀਂ ਪੂਰਾ ਜ਼ੋਰ ਪਾਰਲੀਮੈਂਟ ਦੇ ਵਿੱਚ ਵੀ ਲਾ ਰਹੇ ਹਾਂ ਕਿ ਇੱਥੇ ਮੈਡੀਕਲ ਕਾਲਜ ਬਣ ਜੇ ਅਤੇ ਇੱਥੇ ਫਾਰਸੀ ਪੜ੍ਹਾਈ ਜਾਵੇ। ਇਹ ਅਸੀਂ ਬਿਲਕੁਲ ਯਕੀਨਨ ਮੰਨੋ, ਬਹੁਤ ਵਾਰੀ ਸਿਫਾਰਿਸ਼ ਕੀਤੀ ਹੈ ਅਤੇ ਅਸੀਂ ਲਾ ਕੇ ਦੇਵਾਂਗੇ। ਫਿਰ ਅਸੀਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਭੁੱਲੇ ਨਹੀਂ, ਜਿਨ੍ਹਾਂ ਨੇ ਸਾਡੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ। ਕਦੇ ਸਿੱਖ ਕੋਈ ਭੁੱਲ ਨਹੀਂ ਸਕਦਾ। ਉਹਦੇ ਲਈ ਸ਼ਾਇਦ ਤੁਹਾਨੂੰ ਪਤਾ ਨਹੀਂ, ਅਸੀਂ ਇੱਥੇ ਇਮਾਰਤ ਬਣਾ ਰਹੇ ਹਾਂ ਮਲੇਰਕੋਟਲੇ ਦੇ ਵਿੱਚ ਆਪਣੇ ਮੁਹੰਮਦ ਸ਼ੇਰ ਖਾਨ ਦੇ ਲਈ। ਅਤੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ, ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਹੈ, ਸਾਰੀ ਦੁਨੀਆ ਨੂੰ ਅਪੀਲ ਕਰਦਾ ਕਿ ਸ਼ੇਰ ਮੁਹੰਮਦ ਖਾਨ ਦੀ ਇਮਾਰਤ ਬਣਾਉਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਅਮਦਾਦ ਕਰਨ। ਪੈਸਾ ਵੀ ਭੇਜੋ, ਸਾਰੀਆਂ ਚੀਜ਼ਾਂ ਭੇਜੋ, ਜਿਹੜਾ ਪਤਾ ਲੱਗ ਜੇ ਕਿ ਸਿੱਖ ਜੋ ਸਾਨ ਇਹਦੇ 'ਤੇ ਹੋਇਆ ਉਹ ਕਦੇ ਭੁੱਲਦਾ ਨਹੀਂ ਹੈ। ਸੋ ਅਸੀਂ ਇਹ ਇਮਾਰਤ ਸ਼ੁਰੂ ਕਰ ਦਿੱਤੀ ਹੈ ਔਰ ਇਸ ਨੂੰ ਬਣਾ ਕੇ ਅਸੀਂ ਕਰਨਾ ਹੈਗਾ। ਫਿਰ CAA ਦਾ ਸਵਾਲ ਹੈ, ਇੱਥੇ ਪਾਕਿਸਤਾਨ ਤੋਂ ਸਾਡੀਆਂ ਬੀਬੀਆਂ ਆਈਆਂ ਹੋਈਆਂ, ਵਿਆਹੀਆਂ ਹੋਈਆਂ, 20-25 ਸਾਲ ਹੋ ਗਏ ਹੈ, ਉਹਨਾਂ ਨੂੰ ਇੱਥੋਂ ਹਿੰਦੁਸਤਾਨ ਦੀ ਨਾਗਰਿਕਤਾ ਨਹੀਂ ਦੇ ਰਹੇ, ਜਦਕਿ ਦੂਜਿਆਂ ਨੂੰ ਪਰਸੋਂ ਦੇ ਦਿੱਤੀ ਗਈ ਹੈ।
ਇਹ ਵੀ ਪਾਰਲੀਮੈਂਟ ਦੇ ਵਿੱਚ ਮੈਂ ਮਸਲਾ ਖੋਣਾ ਕਿ ਮੁਸਲਮਾਨਾਂ ਬੀਬੀਆਂ ਨੂੰ ਜਿਹੜੀਆਂ ਇੱਥੇ ਵਿਆਹੀਆਂ ਹੋਈਆਂ ਆਈਆਂ ਇਹਨਾਂ ਨੂੰ ਨਾਗਰਿਕਤਾ ਕਿਉਂ ਨਹੀਂ ਦੇ ਰਹੇ ਤੁਸੀਂ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘੱਟ ਗਿਣਤੀਆਂ ਦੇ ਖਿਲਾਫ ਹੋ ਰਹੀਆਂ ਹੈ, ਇਹਨਾਂ ਸਾਰੀਆਂ ਦਾ ਮੈਂ ਪਤਾ ਲੈਣਾ। ਫਿਰ ਸਾਡੀ ਪਾਰਟੀ ਕਹਿੰਦੀ ਹੈ ਬਾਰਡਰ ਖੋਲ੍ਹੋ ਪਾਕਿਸਤਾਨ ਦੇ ਨਾਲ, ਜਿਹਦੇ ਨਾਲ ਵਪਾਰ ਸ਼ੁਰੂ ਹੋਏ, ਇੱਥੋਂ ਵੀ ਮਾਲ ਜਾਏ ਉੱਧਰੋਂ ਵੀ ਆਏ। ਤੁਹਾਨੂੰ ਪਤਾ ਜਦ ਦੇ ਸਿੱਖ ਪਾਕਿਸਤਾਨ ਤੋਂ ਛੱਡ ਆਏ ਹੈ, ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਪੈ ਗਈ ਹੈ, ਸਾਡੇ ਭੰਡਾਰ ਭਰੇ ਪਏ ਹੈ, ਸਾਡਾ ਬੰਨਾ ਪਾਕਿਸਤਾਨ ਦੇ ਨਾਲ ਲੱਗਦਾ ਹੈ। ਅਸੀਂ ਪਾਕਿਸਤਾਨ ਕਿਉਂ ਨਹੀਂ ਕਣਕ ਵੇਚ ਸਕਦੇ? ਪਾਕਿਸਤਾਨ ਰੂਸ ਤੋਂ ਕਣਕ ਕਿਉਂ ਮੰਗਾ ਰਿਹਾ ਜਦੋਂ ਸਾਡੇ ਕੋਲ ਹੈਗੀ ਹੈ, ਅਸੀਂ ਦੇ ਸਕਦੇ ਹੈ। ਅਤੇ ਯਕੀਨਨ ਜੇ ਸਾਡਾ ਜ਼ੋਰ ਪੂਰਾ ਪੈ ਗਿਆ ਅੰਮ੍ਰਿਤਸਰ ਅਤੇ ਲਾਹੌਰ ਨੂੰ ਸਾਡੀ ਪਾਰਟੀ ਨੇ ਇੱਕ ਕਰ ਦੇਣਾ। ਸਵੇਰ ਦਾ ਤੁਸੀਂ ਨਾਸ਼ਤਾ ਲਾਹੌਰ 'ਚ ਖਾ ਆਇਓ, ਸ਼ਾਮ ਦੀ ਰੋਟੀ ਅੰਮ੍ਰਿਤਸਰ ਖਾ ਆਇਓ, ਐਂ ਖੁੱਲ੍ਹੇ ਕਰ ਦੇਣੀ ਹੈ ਅੰਮ੍ਰਿਤਸਰ ਅਤੇ ਲਾਹੌਰ। ਫਿਰ ਮੈਂ ਤੁਹਾਨੂੰ ਸਾਰਾ ਕੁਛ ਦੱਸ ਚੁੱਕਿਆ ਹੈਗਾ। ਹੁਣ ਸਾਡਾ ਚੋਣ ਨਿਸ਼ਾਨ ਬਾਲਟੀ ਹੈ, 1 ਤਰੀਕ ਨੂੰ ਵੋਟਾਂ ਪੈਣੀ ਹੈ। ਮੈਂ ਸਾਰਿਆਂ ਨੂੰ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਬਾਲਟੀ ਦੇ ਨਿਸ਼ਾਨ ਦੇ ਉੱਤੇ ਆਪਣਾ ਬਟਨ ਦਬਾ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ। ਮੈਨੂੰ ਤੁਹਾਡੇ ਉੱਤੇ ਪੂਰਾ ਯਕੀਨ ਹੈ, ਤੁਸੀਂ ਜੋ ਕਹਿੰਦੇ ਹੋ ਉਹ ਕਰ ਦਿੰਦੇ ਹੋ।